ਟਰੈਕਟਰ ਜਿੱਤਣਾ ਚਾਹੁੰਦੇ ਹੋ ਤਾਂ ਸਿਰਫ 5 ਦਿਨ ਰਹਿ ਗਏ ਇਸ ਨੂੰ ਨਿਕਲਦੇ ਦੇਖਦੇ ਆ ਕਿਸ ਦੇ ਘਰ ਦੀ ਆਸਾਨ ਬਣੂਗਾ ਟਰੈਕਟਰ ਠੀਕ ਹੈ ਜੀ 389 ਰੁਪਏ ਦੀ ਅਸੀਂ ਟਿਕਟ ਆ ਤੇ ਕੁੱਲ 21 ਨਾਮ ਹੈ ਇਹਦੇ ਵਿੱਚ ਸਾਰੇ ਨਾਮ ਆਪਣੇ ਕੋਲੇ ਆ ਮੇਨ ਗੱਲ ਇਹ ਆ ਵੀ 5 ਦਿਨ ਇਸੇ ਜਗ੍ਹਾ ਤੇ ਨਾਮ ਕੱਢੇ ਆਣਗੇ ਇੱਕ ਵੀਰਾਂ ਦੇ ਮਨ 'ਚ ਬੜਾ ਡਾਊਟ ਰਹਿੰਦਾ ਵੀ ਨਿਕਲਣ ਦਾ ਢੰਗ ਕੀ ਹੋਊਗਾ ਪਹਿਲੀ ਗੱਲ ਤਾਂ ਵੀਰੇ ਸਾਡਾ ਸਵੇਰ 8 ਵਜੇ ਦਾ ਟਾਈਮ ਆ 12 ਜਨਵਰੀ ਦਾ ਕੰਪਨੀ ਦੀ ਇਹਦੀ ਵੀ 5 ਸਾਲ ਦੀ ਗਾਰੰਟੀ ਆ ਬਿੱਲ ਅਗਲੇ ਨੂੰ ਦੇਵਾਂਗੇ ਵੀਰੇ ਠੀਕ ਹੈ ਜੀ ਤੇ ਗਾਰੰਟੀ ਜਿਹੜੀ ਵੀ ਹੁੰਦੀ ਉਹਦੀ 5 ਸਾਲ ਦੀ ਹੈਗੀ ਆ ਇਸ ਦੀ ਟਿਕਟਾਂ 3 ਨਾਲ 1 ਫ੍ਰੀ ਆ 5 ਨਾਲ 2 ਫ੍ਰੀ ਆ 10 ਨਾਲ ਪੂਰੀਆਂ 5 ਟਿਕਟਾਂ ਫ੍ਰੀ ਆ ਜੀ ਆ ਨੰਬਰ ਆਪਣੇ ਸਾਰੇ ਵੀਡੀਓ ਦੇ ਵਿੱਚ ਸ਼ੋ ਹੋ ਰਹੇ ਨੇ ਸਿਰਫ 5 ਦਿਨ ਰਹਿ ਗਏ ਜੀ ਕੂਪਨ ਪਾਉਣ ਦੇ ਤੇ ਇਹ ਕੱਢਿਆ ਜਾਣਾ ਜੀ 61 ਜਿਹੜਾ 12 ਤਰੀਕ ਨੂੰ ਜੀ ਪਿੰਡ ਉੱਗੋਗੇ ਜ਼ਿਲ੍ਹਾ ਬਰਨਾਲਾ ਜੀ ਤੇ ਨਾਲ ਇਹਦੇ ਦੂਸਰੇ ਨਾਮ ਵੀ ਇੱਥੇ ਆ ਚੁੱਕੇ ਨੇ ਜੀ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਆਪਾਂ ਆ ਦੇਖੋ ਜੀ ਐਲਈਡੀ ਫ੍ਰਿਜ ਵਾਸ਼ਿੰਗ ਮਸ਼ੀਨ ਤੇ ਇੱਧਰ ਸਾਈਕਲ ਹੋ ਗਈ ਜੀ ਬਾਕੀ ਹੋਰ ਵੀ ਨਾਮ ਆ ਤੇ ਆ ਜੋ ਬਾਕੀ ਆਪਾਂ ਵੀਰ ਹੋਰਾਂ ਨਾਲ ਕਰਦੇ ਆਂ ਗੱਲਬਾਤ ਬਾਈ ਕੀ ਹਾਲ ਚਾਲ ਨੇ ਵਧੀਆ ਜੀ ਵਧੀਆ ਤੁਸੀਂ ਹੋਰ ਠੀਕ ਠਾਕ ਬਾਈ ਵਧੀਆ ਜੀ ਵਧੀਆ ਤੇ ਕਿੰਨੇ ਦਿਨ ਰਹਿ ਗਏ ਬਾਈ ਫਿਰ ਆਪਣੇ ਇਹ ਬਾਈ ਡਰਾ ਦੇ ਰਹਿ ਗਏ ਕੁੱਲ ਮਿਲਾ ਕੇ 5 ਦਿਨ ਰਹਿ ਗਏ ਠੀਕ ਹੈ ਜੀ ਹਾਂਜੀ ਤੇ ਕੂਪਨ ਪਾਉਣ ਦੇ ਉਦੋਂ ਵੀ ਥੋੜੇ ਦਿਨ ਰਹਿ ਗਏ ਠੀਕ ਹੈ ਜੀ ਕੂਪਨ ਪਾਉਣ ਦੇ ਕਿੰਨੇ ਦਿਨ ਰਹਿ ਗਏ ਬਾਈ 3 ਤੋਂ 4 ਦਿਨ ਮੰਨ ਲਓ ਵੀ ਕੂਪਨ ਹੋਰ ਪੈਣਗੇ ਤੇ ਬਾਕੀ ਜਿਹਨੇ ਵੀ ਕੂਪਨ ਪਾਉਣਾਗਾ ਸਾਡੇ ਨਾਲ ਫੋਨ ਲਾ ਕੇ ਇੱਕ ਵਾਰ ਗੱਲ ਕਰ ਲਿਓ ਵੀ ਜੇ ਭਾਈ ਅਸੀਂ ਕੂਪਨ ਪਾਉਣਾਗਾ ਉਹ ਮੈਂ ਸਿੰਪਲ ਪ੍ਰੋਸੈਸ ਆ ਜੀ ਠੀਕ ਹੈ ਹਾਂਜੀ ਤੇ ਆ ਨੰਬਰ ਆ ਸਾਡਾ ਠੀਕ ਹੈ 3 ਨੰਬਰ ਹੈ 78144-1980 ਠੀਕ ਹੈ ਜੀ 79-737-4368 78144-1872 ਇਹ ਸਾਡੇ 3 ਨੰਬਰ ਨੇ ਵੀਰੇ ਠੀਕ ਹੈ ਜੀ ਤਿੰਨਾਂ ਨੰਬਰਾਂ ਤੇ ਗੂਗਲ ਪੇ ਫੋਨ ਪੇ ਪੇਟੀਐਮ ਚੱਲਦਾ ਠੀਕ ਹੈ ਜੀ ਤੇ ਇਹਨਾਂ ਤਿੰਨਾਂ ਨੰਬਰਾਂ ਤੋਂ ਤੁਸੀਂ ਵੀਡੀਓ ਦੇ ਵਿੱਚ ਸੋ ਹੋ ਰਹੇ ਨੇ ਬੇਝਿਜਕ ਹੋ ਕੇ ਜਿਹੜਾ ਕੁਝ ਮਰਜ਼ੀ ਕਰ ਲਓ ਪੇਟੀਐਮ ਕਰ ਲਓ ਫੋਨ ਪੇ ਕਰ ਲਓ ਉਹਦਾ ਸਕਰੀਨਸ਼ਾਟ ਲੈ ਲਓ ਠੀਕ ਹੈ ਜੀ ਤੇ ਉਸ ਨੂੰ ਸਾਡੇ WhatsApp ਨੰਬਰ ਤੇ ਜਿਹੜੇ ਤੇ ਕਰੋਗੇ ਪੇਮੈਂਟ ਉਸੇ WhatsApp ਚੱਲਦਾ ਹੋਊਗਾ ਉਸ ਤੇ ਉਹਦੇ ਭੇਜ ਦਿਓ ਤੁਸੀਂ ਆਪਦਾ ਸਕਰੀਨਸ਼ਾਟ ਆਪਦਾ ਨਾਮ ਮੋਬਾਈਲ ਨੰਬਰ ਤੇ ਐਡਰੈਸ ਠੀਕ ਹੈ ਜੀ ਇਹ 3 ਚੀਜ਼ਾਂ ਲਿਖ ਕੇ ਭੇਜ ਦਿਓ ਕੂਪਨ ਤੁਹਾਡਾ ਕੱਟ ਕੇ ਤੁਹਾਡੇ ਕੋਲ 1 ਦਿਨ ਦੇ ਵਿੱਚ ਵਿੱਚ ਹੈ ਜਿਹੜਾ ਤੁਹਾਡੇ ਕੋਲ ਆ ਜੂਗਾ ਜੀ ਠੀਕ ਹੈ ਤੇ ਬਾਕੀ ਇੱਕ ਗੱਲ ਹੋਰ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਬੋਲਿਆ ਸੀਗਾ ਕਿ ਆਪਾਂ ਸ਼ੇਅਰ ਕਰਨ ਵਾਲਿਆਂ ਨੂੰ ਨਾਮ ਦਵਾਂਗੇ ਜੀ ਜਿਹੜੇ ਕਿ 40 ਬੰਦਿਆਂ ਨੂੰ ਰੱਖੇ ਸੀਗੇ ਉਹ ਲੈ ਆਂਦੇ ਬਾਈ ਹਾਂਜੀ ਉਹਦੇ ਲਓ ਵੀ ਮਿੱਤਰੋ ਨਾਮ ਆ ਚੁੱਕੇ ਨੇ ਪਹਿਲੇ ਆਪਾਂ 5 ਬੰਦਿਆਂ ਨੂੰ ਤਾਂ ਸਮਾਰਟ ਵਾਚਾਂ ਰੱਖੀਆਂ ਗਈਆਂ ਹਾਂਜੀ ਹਾਂਜੀ ਉਹਦਾ ਪੌਦੇ ਨਾਲ ਦੀ ਨਾਲ ਹੀ 100 ਤੋਂ ਦਵਾ ਦਾਂਗੇ ਬੰਦੇ ਨੂੰ ਜੇ ਕਿਸੇ ਨੂੰ ਕੈਸ਼ ਚਾਹੀਦਾ ਉਹ ਵੀ ਹੋ ਜੂ ਮਾੜਾ ਮੋਟਾ ਕਰ ਲਾਂਗੇ ਆਪਾਂ ਠੀਕ ਹੈ ਜੀ ਤੇ ਆਹ ਤਾਂ ਹੈਗਾ ਜੀ ਆਪਣੇ ਸਰਪ੍ਰਾਈਜ਼ ਦੀ ਗਿਫਟ 4 ਠੀਕ ਹੈ ਜੀ ਠੀਕ ਹੈ ਜੀ ਇਹ ਸਰਪ੍ਰਾਈਜ਼ ਗਿਫਟ ਹੈ 5 ਸਮਾਰਟ ਵਾਚਾਂ ਕੁੱਲ ਹੋ ਗਏ 9 ਤੇ ਇਸ ਤੋਂ ਬਾਅਦ 31 ਬੰਦਿਆਂ ਨੂੰ ਕੂਪਨ ਆ ਵੀਰੇ ਠੀਕ ਹੈ ਜੀ 31 ਬੰਦਿਆਂ ਨੂੰ ਕੂਪਨ ਦੇਣੇ ਆ ਅਸੀਂ ਤੇ ਕੁੱਲ 40 ਨਾਮ ਆ ਜਿਹੜੇ ਕਿ 10 ਤਰੀਕ ਨੂੰ ਦੇ ਦਾਂਗੇ ਅਸੀਂ ਠੀਕ ਹੈ ਜੀ ਤੇ ਸ਼ੇਅਰ ਕਰ ਲਓ ਬਾਕੀ ਸਾਡੀ ਵੀਡੀਓ ਨੂੰ ਤੇ ਬਾਕੀ ਸਾਰਾ ਕੁਝ ਤੁਹਾਨੂੰ ਦੱਸ ਹੀ ਦਿੱਤਾ ਵੀ ਨਾਮ ਵਗੈਰਾ ਹੋਰ ਵੀ ਦੱਸਦਾ ਮੈਂ ਤੁਹਾਨੂੰ ਆ ਜਾਓ ਮਾੜਾ ਜਿਹਾ ਜੇ ਹੁਣ ਆਪਾਂ ਗੱਲ ਕਰਦੇ ਵੀਰੇ ਜਿਵੇਂ ਆ ਵਾਸ਼ਿੰਗ ਮਸ਼ੀਨ ਤੇ ਫ੍ਰਿਜ ਆਪਾਂ ਸੈਕਿੰਡ ਨਾਮ ਆਪਣਾ ਫ੍ਰਿਜ ਠੀਕ ਹੈ ਜੀ ਹਾਂਜੀ ਹਾਂਜੀ ਇਹ ਆਪਾਂ ਵਿਰਲਪੂਲ ਕੰਪਨੀ ਦਿੱਤੀ ਆ ਵੀਰੇ ਆਏ ਨਹੀਂ ਵੀ ਕੋਈ ਦੂਸਰੀ ਕੰਪਨੀ ਦੀ ਦੇਸੀ ਇਹ ਵਿਰਲਪੂਲ ਦੀ ਮਸ਼ੀਨ ਆ ਵੀਰੇ ਆਪ ਸੌਰੀ ਬਸ ਫ੍ਰਿਜ ਆ ਜਿਹਦੀ ਕਿ 5 ਸਾਲ ਦੀ ਗਾਰੰਟੀ ਆ ਵੀਰੇ ਠੀਕ ਹੈ ਇਸ ਤੋਂ ਬਾਅਦ ਚੋ ਵਾਸ਼ਿੰਗ ਮਸ਼ੀਨ ਆ ਵੀਰੇ ਹੁੰਡਾਈ ਕੰਪਨੀ ਦੀ ਇਹਦੀ ਵੀ 5 ਸਾਲ ਦੀ ਗਾਰੰਟੀ ਆ ਬਿੱਲ ਅਗਲੇ ਨੂੰ ਦੇਵਾਂਗੇ ਵੀਰੇ ਠੀਕ ਹੈ ਜੀ ਤੇ ਗਾਰੰਟੀ ਜਿਹੜੀ ਵੀ ਹੁੰਦੀ ਉਹਦੀ 5 ਸਾਲ ਦੀ ਹੈਗੀ ਆ ਇਸ ਤੋਂ ਬਾਅਦ ਚੋ ਵੀਰੇ ਆਪਣੇ 2 ਹੈਗੀਆਂ ਨੇ ਐਲਈਡੀਆਂ 24-32 ਇੰਚ ਰੱਖੀ ਸੀ ਆਪਾਂ 1-1 24 ਇੰਚ ਪਰ ਆਪਾਂ ਦੋਨੀ 32 ਇੰਚ ਦੇਤੀਆਂ ਜਿਹੜੀਆਂ ਹਾਂ ਜਿਹੜੀਆਂ ਕਿ ਐਂਡਰੋਇਡ ਵੀ ਨੇ ਤੇ ਸਮਾਰਟ ਵੀ ਨੇ ਠੀਕ ਹੈ ਜੀ ਠੀਕ ਹੈ ਜੀ ਵਾਈਫਾਈ ਤੇ ਵੀ ਚੱਲਣਗੀਆਂ ਤੇ ਉਹ ਜਿਹੜਾ ਆਪਾਂ ਮੋਬਾਈਲ ਤੇ ਕਹਿੰਦੇ ਆ ਡੌਂਗ ਸਿਸਟਮ ਜਿਵੇਂ ਉਹ ਵੀ ਸਾਰਾ ਚੱਲਦਾ ਠੀਕ ਹੈ ਜੀ ਠੀਕ ਹੈ ਤੇ ਇਸ ਤੋਂ ਬਾਅਦ ਚੋਂ ਆਪਣੇ ਆਗੇ 3 ਸਮਾਰਟ ਫੋਨ ਇਹ ਆਪਾਂ ਉਹਦੇ ਵੀ ਆਪਸ਼ਨ ਦਿੱਤੀ ਸੀ ਠੀਕ ਹੈ ਜੀ ਤੁਹਾਡੀ ਵੀਡੀਓ ਚ ਵੀ 3 ਚਾਹੀਦਾ ਬੰਦਾ ਸਮਾਰਟ ਫੋਨ ਲੈ ਲੇ ਨਹੀਂ ਐਲਈਡੀ ਲੈ ਲੇ ਐਲਈਡੀ ਵੀ ਅਸੀਂ ਲੈ ਆਏ ਠੀਕ ਹੈ ਜੀ ਤੇ ਚਾਹੇ ਸਮਾਰਟ ਫੋਨ ਲੈ ਲੇ ਚਾਹੇ ਅਗਲਾ ਕੈਸ਼ ਲੈ ਲੇ ਉਹ ਅਗਲੇ ਦੀ ਚੁਆਇਸ ਤੇ ਹੋਊਗਾ ਤੇ ਬਾਕੀ ਜਿਹੜੇ ਇਹ ਸਾਈਕਲ ਆ ਬਾਈ ਹਾਂ 2 ਰੇਂਜਰ ਸਾਈਕਲ ਇਸ ਤੋਂ ਬਾਅਦ ਚੋ ਇਹ ਵੀ ਤੁਹਾਡੇ ਸਾਹਮਣੇ ਆ ਗਏ ਠੀਕ ਹੈ ਆਪਣੇ ਕੋਲੇ ਇਹ ਵਧੀਆ 21 ਨਾਮ ਨੇ ਤੇ ਇਸ ਤੋਂ ਬਾਅਦ ਚੋ ਬਚ ਗਏ ਜੀ 11 ਨਾਮ ਉਹ ਤੁਹਾਡੇ ਸਾਹਮਣੇ ਆ ਸਰਪ੍ਰਾਈਜ਼ ਪਏ ਕਿਸੇ ਦਿਖਾ ਦੋ ਤੁਸੀਂ ਲਓ ਜੀ ਦੇਖ ਸਕਦੇ ਹੋ ਜਿਹੜੇ 11 ਨਾਮ ਸਰਪ੍ਰਾਈਜ਼ ਗਏ ਤੇ ਬਾਕੀ ਇੱਧਰ ਬਾਕੀ ਆ ਪਏ ਇੱਧਰ ਵਾਸ਼ਿੰਗ ਮਸ਼ੀਨ ਤੇ ਕੁੱਲ 11 ਸਰਪ੍ਰਾਈਜ਼ ਨਾਮ ਜਿਹੜੇ ਕੀ ਆਪਾਂ ਦੇਖ ਜਿੱਥੇ ਆ ਟੈਂਟ ਲੱਗਿਆ ਹੋਇਆ ਟਰੈਕਟਰ ਵੀ ਮਿਲ ਜਾਗਾ ਤੇ ਇਸੇ ਜਗ੍ਹਾ ਤੇ ਇਹ ਨਾਮ ਕੱਢੇ ਜਾਣਗੇ ਵੀਰੇ ਇਸੇ ਜਗ੍ਹਾ ਤੇ ਨਾਮ ਕੱਢੇ ਜਾਣਗੇ ਇੱਕ ਵੀਰਾਂ ਦੇ ਮਨ 'ਚ ਬੜਾ ਡਾਊਟ ਰਹਿੰਦਾ ਵੀ ਨਿਕਲਣ ਦਾ ਢੰਗ ਕੀ ਹੋਊਗਾ ਪਹਿਲੀ ਗੱਲ ਤਾਂ ਵੀਰੇ ਸਾਡਾ ਸਵੇਰ 8 ਵਜੇ ਦਾ ਟਾਈਮ ਆ 12 ਜਨਵਰੀ ਨੂੰ ਪਰਚੀਆਂ ਜਿਹੜੀਆਂ ਆਪਣੀਆਂ ਕਹਿ ਸਕਦੇ ਆਪਾਂ ਕੂਪਨ ਇਹਨੂੰ ਫੋਲਡ ਕਰਨ ਦਾ ਠੀਕ ਹੈ ਜੀ ਇਹ 8 ਵਜੇ ਸਵੇਰ ਫੋਲਡ ਹੋਣ ਲੱਗ ਜਾਣਗੇ ਲਾਈਵ ਦੇ ਵਿੱਚ ਤੇ ਫੋਲਡ ਤੋਂ ਪਹਿਲਾਂ ਕਿ ਉਹ ਸੁਖਮਣੀ ਸਾਹਿਬ ਦਾ ਪਾਠ ਕਰਾਇਆ ਜਾਊਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਚ ਪਰਚੀਆਂ ਫੋਲਡ ਹੋਣ ਲੱਗਣਗੀਆਂ ਜਦੋਂ ਪਰਚੀਆਂ ਫੋਲਡ ਹੋ ਗਈਆਂ ਬਾਕਸ ਦੇ ਵਿੱਚ ਪੈ ਗਈਆਂ ਠੀਕ ਹੈ ਜੀ ਇਸ ਤੋਂ ਬਾਅਦ ਚੋਂ ਗ੍ਰਾਂਥੀ ਸਾਹਿਬ ਤੋਂ ਅਰਦਾਸ ਕਰਾ ਕੇ ਪਹਿਲੀ ਪਰਚੀ ਟਰੈਕਟਰ ਦੀ ਗ੍ਰਾਂਥੀ ਸਾਹਿਬ ਹੀ ਚੱਕਣਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਚੋਂ ਵਾਰੀ ਵਾਰ ਕੋਈ ਜਿਵੇਂ ਨਾਮ ਉਹ ਚੱਲਣਗੇ ਐ ਨਹੀਂ ਵੀ ਅਸੀਂ ਐਂਡ ਵਾਲੇ ਨਾਮ ਤੋਂ ਸ਼ੁਰੂ ਕਰ ਦਾਂਗੇ ਜੀ
ਪਹਿਲੇ ਨਾਮ ਟਰੈਕਟਰ ਰੱਖਿਆ ਤਾਂ ਟਰੈਕਟਰ ਦੀ ਪਰਚੀ ਚੱਕੀ ਜਾਊ ਠੀਕ ਹੈ ਜੀ ਪਹਿਲੀ ਪਰਚੀ ਟਰੈਕਟਰ ਦੀ ਚੱਕੀ ਜਾਊ ਤੇ ਗ੍ਰਾਂਥੀ ਸਾਹਿਬ ਚੱਕਣਗੇ ਅਰਦਾਸ ਕਰਕੇ ਬਾਕੀ ਲੋਕਾਂ ਦੀ ਰਜਾਮੰਦੀ ਨਾਲ ਜਿਵੇਂ ਕਹਿਣਗੇ ਆਪਾਂ ਉਵੇਂ ਕਰ ਲਾਂਗੇ ਠੀਕ ਹੈ ਜੀ ਇੱਥੇ ਵੱਧ ਤੋਂ ਵੱਧ ਪਹੁੰਚਿਓ ਦਿਨ ਰਹਿ ਗਏ ਸਿਰਫ 500 ਜਿਹਨੇ ਕੁੱਪਣ ਪਾਉਣੇ ਪਾ ਲਓ ਆਹ ਤੁਹਾਡੇ ਸਾਹਮਣੇ ਟਰੈਕਟਰ ਖੜਾ ਜੀ ਅਤੇ 20 ਪ੍ਰਾਈਜ਼ ਹੋਰ ਉਹ ਵੀ ਇੱਧਰ ਹੈਗੇ ਆਪਣੇ ਕੋਲ ਅਤੇ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਓ ਜੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਆਪਾਂ